ਸ਼ਹਿਰ ਦੇ ਵਿੱਚ ਕੁੱਤੇ ਦੇ ਚੂਹੇ ਐਡੇ ਐਡੇ ਵੱਡੇ ਬਿੱਲੀ ਨੂੰ ਵੱਡੇ ਚੂਹੇ ਵੀ ਫਿਰਦੇ ਨੇ ਸ਼ਹਿਰ ਵਿੱਚ ਰਾਤੀ ਨੇਰਾ ਗੁੱਪ ਇੰਨੀਆਂ ਤੁਸੀਂ ਕਬਰਸਤਾਨ ਅੱਲਾ ਮਾਫੀ ਦੇ ਵਿੱਚ ਗੁਜ਼ਰ ਰਹੇ ਹੋ ਹੈਂਜੀ ਦੂਸਰੇ ਲਫ਼ਜ਼ ਚਿੜੀ ਮੂਤਰ ਜੇ ਤੇ ਸਲਾਬ ਆ ਜਾਂਦਾ ਗੁਜਰਾ ਡੈਮ ਪਾਣੀ ਦਾ ਇਹ ਸ਼ਾਹ ਪ੍ਰਸ ਇੰਤਜ਼ਾਮੀਆਂ ਨਾਲ ਲਿਆਦੀ ਹੈ ਔਰ ਨਹਿਰ ਇੰਤਜ਼ਾਮੀਆਂ ਔਰ ਕਰਪਸ਼ਨ ਦੀ ਸ਼ਿਕਾਰ ਹੈ ਇਹ ਇੰਤਜ਼ਾਮੀਆਂ ਮੈਂ ਕੋਈ ਮਜਾਇਜ਼ ਟਾਈਪ ਬੰਦਾ ਵਾਂ ਇੱਕ ਮਜਾਇਜ਼ ਜਿਹੜਾ ਨਾ ਉਹ 100 ਮੁਨਾਫਕਾਂ ਨੂੰ ਭਾਰਾ ਹੁੰਦਾ ਹੈ ਬਿਸਮਿਲ੍ਲਾ ਰਹਿਮਾਨ ਰਹੀਮ ਮੇਰਾ ਇਹਦਾ ਟਾਪਿਕ ਹੈ ਜੀ ਗੁਜਰਾਤ ਸ਼ਹਿਰ ਨੂੰ ਕਚਰਾ ਕੁੰਡੀ ਬਣਾ ਦਿੱਤਾ ਗਿਆ ਪਿਛਲੇ 4 ਸਾਲ ਤੋਂ ਹੈ ਜੀ ਇਸ ਗੁਜਰਾਤ ਸ਼ਹਿਰੀਆਂ ਨੇ ਮਤਲਬ ਕੀ ਜ਼ੁਲਮ ਕੀਤੇ ਹੈ ਐਮ ਐਨ ਏ ਐਮ ਪੀ ਏ ਬਣਾਇਆ ਐਮ ਐਨ ਏ ਮੋਨੋਫਲਾਈ ਨੂੰ ਬਣਾਇਆ ਅਤੇ ਐਮ ਪੀ ਏ ਸਲੀਮ ਸਰਵਰ ਜੋੜੇ ਨੂੰ ਬਣਾਇਆ ਠੀਕ ਹੈ ਜੀ ਦੋਵੇਂ ਹੀ ਇੰਤਹਾਈ ਦਰਜੇ ਦੀ ਗੁਜਰਾਤ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਔਰ ਨਾਹਲੀ ਦਾ ਮੁਜ਼ਾਹਰਾ ਕਰ ਰਹੇ ਨੇ ਹੈ ਜੀ ਔਰ ਬਿਲਕੁਲ ਗਾਫਲ ਨੇ ਉਹ ਸਮੇਂ ਨੇ ਸਾਡਾ ਪੀ ਟੀ ਆਈ ਦਾ ਅਤੇ ਕਾਫਲੀ ਦਾ ਧਾਤ ਹੋਏਗਾ ਅਤੇ ਅਸੀਂ ਇਲੈਕਸ਼ਨ ਜੁੜ ਜਾਂਦੇ ਇਹ ਉਹਨਾਂ ਦੀ ਖਾਮ ਖਿਆਲੀ ਹੈ ਠੀਕ ਹੈ ਜੀ ਇਹ ਸ਼ਹਿਰ ਵੱਲ ਕੋਈ ਤਵੱਜੋ ਨਹੀਂ ਉਹਨਾਂ ਦੀ ਬਿਲਕੁਲ ਕਿਸੇ ਕਿਸਮ ਦੀ ਤਵੱਜੋ ਨਹੀਂ ਇਸਲਾਮਾਬਾਦ ਵੱਲ ਵਾਓ ਅਤੇ ਗੁਜਰਾਤ ਐਂਟਰ ਹੋ ਅਤੇ ਗੁਜਰਾਤ ਇੰਝ ਲੱਗਦਾ ਤੁਸੀਂ ਕਿਸੇ ਬਦਰੋਹ 'ਚ ਐਂਟਰ ਹੋ ਰਹੇ ਹੋ ਯਾਨੀ ਕਿ ਸੜਕਾਂ ਦਾ ਬੁਰਾ ਹਾਲ ਟੁੱਟ ਭਾਈ ਦਾ ਇੰਤਹਾ ਹੋਈ ਪਈ ਹੈ ਜੇ ਤੁਸੀਂ ਇਸਲਾਮਾਬਾਦ ਵੱਲ ਆਓ ਅਤੇ ਫਿਰ ਵੀ ਭੈੜਾ ਹਾਲ ਜੇ ਤੁਸੀਂ ਲਾਹੌਰ ਵੱਲੋਂ ਐਂਟਰ ਗੁਜਰਾਤ 'ਚ ਹੋਵੋ ਅਤੇ ਇੰਤਹਾਈ ਬੁਰਾ ਹਾਲ ਹੈ ਜੀ ਯਾਨੀ ਕਿ ਕਾਬਲੇ ਮਜ਼ੰਮਤ ਕਾਬਲੇ ਮਜ਼ਾਕ ਔਰ ਕਾਬਲੇ ਸ਼ਰਮ ਹੈ ਉਹ ਐਂਟਰੀਆਂ ਦੋਵੇਂ ਗੁਜਰਾਤ ਦੀਆਂ ਜਿਸ ਪਾਸੋਂ ਵੀ ਆਓ ਥੋੜ੍ਹੀ ਸਾਰੀ ਬਾਰਿਸ਼ ਅਤੇ ਗੁਜਰਾਤ ਹਫ਼ਤਾ ਹਫ਼ਤਾ ਪਾਣੀ ਨਹੀਂ ਲੈਂਦਾ ਯਾਨੀ ਗਲੀਆਂ 'ਚ ਸੜਕਾਂ 'ਤੇ ਪਾਣੀ ਖਲੋਦਾ ਰਹਿੰਦਾ ਹਫ਼ਤਾ ਹਫ਼ਤਾ ਅੱਲਾ ਮਾਫ਼ੀ ਦੇ ਐਕਚੁਲੀ ਬਾਰਿਸ਼ਾਂ ਹੀ ਘੱਟ ਹੋਈਆਂ ਨੇ ਹੈ ਜੀ ਦੂਸਰੇ ਲਫ਼ਜ਼ ਚਿੜੀ ਮੂਤਰ ਜੇ ਤੇ ਇੱਥੇ ਸਲਾਬ ਆ ਜਾਂਦਾ ਗੁਜਰਾਤ ਡੈਮ ਪਾਣੀ ਦਾ ਚਿੜੀ ਮੂਤਰੇ ਡੈਮ ਗੁਜਰਾਤ ਪਾਣੀ ਦਾ ਹੈ ਜੀ ਇੰਨੀ ਨਾਇਲੀ ਇੰਤਜ਼ਾਮੀਆਂ ਦੀ ਤੁਸੀਂ ਸ਼ਬਾਜ਼ ਸ਼ਰੀਫ ਪਾਰਕ ਦਾ ਹਾਲ ਦੇਖੋ ਕਿ ਉਹ ਜੰਗਲ ਬਣਾ ਜਿਸ ਤਰ੍ਹਾਂ ਪਹਿਲਾਂ ਕਿਤੇ ਜੰਗਲ ਹੁੰਦਾ ਸੀ ਉਹ ਫਿਰ ਦੁਬਾਰਾ ਜੰਗਲ ਬਣ ਗਿਆ ਹੈ ਜੀ ਅਲਾ ਉਹ ਕਾਰਪੋਰੇਸ਼ਨ ਦੇ ਅੰਡਰ 'ਚ ਉਹ ਸ਼ਬਾਜ਼ ਸ਼ਰੀਫ ਪਾਰਕ ਔਰ ਜਿੰਨੀ ਵੀ ਇੰਤਜ਼ਾਮੀਆਂ ਲਿਆਂਦੀ ਗਈ ਹੈ ਉਹ ਚੌਧਰੀ ਬਰਾਦਰਾਂ ਨੇ ਲਿਆਂਦੀ ਹੈ ਮੇਰੀ ਚੌਧਰੀ ਬਰਾਦਰਾਂ ਨੇ ਕਿ ਅਪੀਲ ਹੈ ਦੇਖੋ ਸਾਡੇ ਵਾਸਤੇ ਬੜੇ ਕਾਬਲ ਇਤਰਾਮ ਨੇ ਚੌਧਰੀ ਪ੍ਰਯੋਦਲੇ ਸਾਹਿਬ ਸਾਡੇ ਉਹ ਮਤਲਬ ਬਜ਼ੁਰਗ ਨੇ ਜਾਂ ਚੌਧਰੀ ਵਜਾਹ ਸਾਹਿਬ ਨੇ ਠੀਕ ਹੈ ਜੀ ਉਹ ਇੱਕ ਸਾਡੇ ਵਾਸਤੇ ਕਾਬਲ ਇਤਰਾਮ ਨੇ ਮੈਂ ਉਹਨਾਂ ਦੋਵਾਂ ਅੱਗੇ ਅਪੀਲ ਕਰਨਾ ਚੌਧਰੀ ਵਜਾਹ ਸਾਹਿਬ ਅੱਗੇ ਚੌਧਰੀ ਪ੍ਰਯੋਦਲੇ ਸਾਹਿਬ ਅੱਗੇ ਉਹ ਤੁਹਾਡੀ ਮਿਹਰਬਾਨੀ ਗੁਜਰਾਤ ਸ਼ਹਿਰ ਵੱਲ ਤਵੱਜੋ ਦਿਓ ਕੱਲ੍ਹ ਤੁਸੀਂ ਇਲੈਕਸ਼ਨ ਨਹੀਂ ਲੜਨੇ ਤੁਸੀਂ ਸਿਆਸਤ ਨਹੀਂ ਕਰਨੀ ਮਤਲਬ ਇਹ ਮੋਨੋਹਲਾਈ ਦੇ ਤੁਸੀਂ ਸਿਰ ਤੇ ਰਹੋਦੇ ਜਾਂ ਸਲੀਮ ਸਰਵਰ ਜੋੜੇ ਦੇ ਸਿਰ ਤੇ ਰਹੋਦੇ ਉਹ ਤੋਂ ਬਿਨਾਂ ਕਰ ਦਿੱਤਾ ਉਹਨੇ ਮੋਨੋਹਲਾਈ ਨੇ ਵੀ ਐਮ ਐਨ ਏ ਨੇ ਵੀ ਅਤੇ ਅੱਗੋਂ ਐਮ ਪੀ ਏ ਨੇ ਵੀ ਹੈ ਨੀ ਮੈਂ ਅਲਾ ਪੀ ਟੀ ਆਈ ਦਾ ਐਮ ਬੀ ਏ ਸਲੀਮ ਸਰਵਰ ਲੇਕਿਨ ਉਹਦੀ ਕਰ ਕਦੀ ਕੀ ਨਹੀਂ ਮੈਂ ਤਾਂ ਰਿਐਲਿਟੀ ਦੀ ਗੱਲ ਕਦੀ ਪਸੰਦ ਕਰਨਾ ਵਾਂ ਮੋਨੋਹਲਾਈ ਨੂੰ ਆਇਆ ਸ਼ਹਿਰ ਬਾਜ਼ਾਰ 'ਚ ਅਤੇ ਸ਼ਾਹ ਨੂੰ ਸ਼ਾਹਪੁਰਸ ਇੰਤਜ਼ਾਮੀਆਂ ਲੈ ਆਉਂਦੀ ਉਹਨਾਂ ਹੈ ਜੀ ਸ਼ਾਹ ਤਾਂ ਚਲੋ ਸ਼ਾਹ ਹੀ ਹੁੰਦਾ ਸ਼ਾਹਪੁਰਸ ਜਿਹੜੇ ਹੁੰਦੇ ਨੇ ਉਹ ਬਿਨਾਂ ਗੱਲ ਕਰਦੇ ਨੇ ਸ਼ਾਹ ਦਾ ਠੀਕ ਹੈ ਜੀ ਉਹਨਾਂ ਇੰਨਾ ਪ੍ਰੋਟੋਕੋਲ ਦਿੱਤਾ ਉਹਨਾਂ ਸ਼ਹਿਰ ਦੀਆਂ ਸੜਕਾਂ ਬੰਦ ਕਰ ਛੱਡੀਆਂ ਬਈ ਇਹ ਕੰਮ ਐਮ ਐਨ ਏ ਆ ਰਿਹਾ ਗੁਜਰਾਤ ਦਾ ਉਹ ਵੋਟ ਲੈ ਰਹੇ ਨੇ ਇਸ ਗੁਜਰਾਤ ਕੋਲੋਂ ਅਤੇ ਉਹਦੇ ਵਾਸਤੇ ਇਹਦੀਆਂ ਸੜਕਾਂ ਬੰਦ ਕਰਨ ਦਾ ਮਤਲਬ ਕੀ ਸੀ ਸ਼ਾਹਪੁਰਸਤਾਨ ਦਾ ਜਿਹੜੀ ਇੰਤਜ਼ਾਮੀਆ ਡੀ ਪੀ ਹੋਵੇ ਜਾਂ ਡੀ ਸੀ ਹੋਵੇ ਜਾਂ ਏ ਸੀ ਏ ਮੈਂ ਉਹਨਾਂ ਨੂੰ ਮਹੱਤਵ ਹਾਂ ਹੈਂਜੀ ਇਸ ਤਰ੍ਹਾਂ ਨਹੀਂ ਹੋਣਾ ਸਿਰਫ ਇਸ ਗੱਲ ਕੋਈ ਚੌਧਰੀ ਖੁਸ਼ ਰਹੇ ਕਿ ਬਈ ਉਹ ਸ਼ਾਹਪੁਰਸ ਬੜੇ ਨੇ ਜਿਹੜੀ ਇੰਤਜ਼ਾਮੀਆਂ ਲੈ ਕੇ ਆਏ ਨੇ ਸ਼ਾਹਪੁਰਸ ਠੀਕ ਹੈ ਜੀ ਆਵਾਮ ਨੂੰ ਕੁਝ ਨਹੀਂ ਸਮਝਦੀ ਉਹ ਮੋਨੋਸਲਾਈ ਆਇਆ ਉਹ ਗੁਜਰਾਤ ਦਾ ਐਮ ਐਨ ਏ ਹੁਣ ਉਹ ਆਇਆ ਉਸੇ ਸ਼ਹਿਰ 'ਚ ਅਤੇ ਉਹ ਇੰਨੇ ਪ੍ਰੋਟੋਕੋਲ ਆਇਆ ਕਿ ਸਾਰੇ ਸ਼ਹਿਰ ਦੀ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਇਹ ਚੌਧਰੀ ਪ੍ਰਯੋਦਲੀ ਸਾਹਿਬ ਤੁਸੀਂ ਮਿਹਰਬਾਨੀ ਕਰੋ ਇਹ ਖੁਦ ਤਵੱਜੋ ਦਿਓ ਇਹ ਮੇਰੀ ਗੱਲ ਕਰ ਰਿਹਾ ਵਾਂ ਇਹ ਵੀ ਇੱਕ ਬੜਾ ਤੁਹਾਡਾ ਤਾਂ ਗਲਤ ਅਲਦਾਮ ਪੂਰੇ ਸ਼ਹਿਰ ਨੇ ਲਾਇਆ ਔਰ ਪੂਰਾ ਸ਼ਹਿਰ ਉਹ ਮਤਲਬ ਡਿਸਕਸ ਕਰਦਾ ਮੈਂ ਤੁਹਾਨੂੰ ਸਹੀ ਮੈਸੇਜ ਦੇ ਰਿਹਾ ਚੌਧਰੀ ਵਜਾਹ ਸਾਹਿਬ ਤੁਹਾਨੂੰ ਵੀ ਇਹ ਜਿਹੜਾ ਮੋਨੋਸਲਾਈ ਆਇਆ ਅਤੇ ਵੋਟ ਲੈਣਾ ਇਹਨਾਂ ਗੱਲਾਂ ਕੱਲਾ ਮਕੱਲਾ ਧੱਕੇ ਖਾਂਦੇ ਹੁੰਦੇ ਨੇ ਉਸ ਵਕਤ ਵੋਟਾਂ ਦੇ ਦਿਨਾਂ 'ਚ ਅਤੇ ਜਿਸ ਵੇਲੇ ਬਾਅਦ 'ਚ ਹੁੰਦੇ ਨੇ ਅਤੇ ਗੁਜਰਾਤ ਦੇਸ਼ਾਂ ਦੀਆਂ ਲਾਵੇ ਪਾ ਹਟਦੇ ਨੇ ਸਾਰੀਆਂ ਸੜਕਾਂ ਬਲਾਕ ਕੀ ਹੈ ਜੀ ਮੋਨੋਸਲਾਈ ਆਇਆ ਯਾਰ ਉਹ ਜ਼ੁਲਮ ਦੀ ਇੰਤਹਾ ਇੱਥੇ ਦਾ ਇਲੈਕਟਿਡ ਐਮ ਐਨ ਏ ਵੇ ਅਤੇ ਉਹਦਾ ਮਕਸਦ ਕੀ ਹੈ ਕਿ ਬਈ ਉਹਦਾ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਇੰਤਜ਼ਾਮੀਆਂ ਨੇ ਇਹ ਸ਼ਾਹਪੁਰਸ ਇੰਤਜ਼ਾਮੀਆਂ ਨਾਲ ਲਿਆਂਦੀ ਹੈ ਔਰ ਨਹਿਰ ਇੰਤਜ਼ਾਮੀਆਂ ਔਰ ਕਰਪਸ਼ਨ ਦੀ ਸ਼ਿਕਾਰ ਹੈ ਇਹ ਇੰਤਜ਼ਾਮੀਆਂ ਔਰ ਸਿਰਫ ਆਪਣੇ ਪੈਸੇ ਬਣਾ ਰਹੇ ਨੇ ਔਰ ਕੋਈ ਉਹਨਾਂ ਦਾ ਗੁਜਰਾਤ ਵੱਲ ਤਵੱਜੋ ਨਹੀਂ ਆਇਆ ਗੁਜਰਾਤ ਦੀ ਆਵਾਮ ਮਤਲਬ ਜ਼ਿਲ੍ਹੇ ਖੁਆਰ ਹੋ ਰਹੀ ਹੈ ਜਿਸ ਸੜਕ 'ਤੇ ਜਾਓ ਉਹ ਸੜਕ ਤਬਾਹੀ ਹੋਈ ਹੈ ਨਾ ਸਟਰੀਟ ਲਾਈਟ ਕੋਈ ਨਹੀਂ ਕਿਤੇ ਮਤਲਬ ਇੰਝ ਹੀ ਗੁਜਰਾਤ ਸ਼ਹਿਰ ਰਾਤੀ ਨਿਕਲਣ ਜਾਂ ਇੰਝ ਲੱਗਦਾ ਖੁਦਾ ਅੱਲਾ ਮਾਫ਼ੀ ਦੇ ਇਸ ਗੁਜਰਾਤ 'ਚ ਉਹਦਾ ਆਲਮ ਹੈ ਕਬਰਸਤਾਨ ਜਾਂਦੇ ਹੋ ਪਏ ਕੋਈ ਕਿਧਰੇ ਸਟਰੀਟ ਲਾਈਟ ਨਹੀਂ ਹੈ ਟ੍ਰੈਫਿਕ ਦਾ ਨਿਜ਼ਾਮ ਇੰਤਹਾਈ ਨਾਕਸ ਇੰਤਜ਼ਾਮ ਹੈ ਟ੍ਰੈਫਿਕ ਦਾ ਠੀਕ ਹੈ ਜੀ ਕੋਈ ਮਤਲਬ ਟ੍ਰੈਫਿਕ ਦਿਹਾੜੀ ਜਾਮ ਰਹਿੰਦੀ ਹੈ ਰਾਤੀ ਨੇਰਾ ਗੁੱਪ ਇੰਨੀਆਂ ਤੁਸੀਂ ਕਬਰਸਤਾਨ ਅੱਲਾ ਮਾਫ਼ੀ ਦੇ ਗੁਜ਼ਰ ਰਹੇ ਹੋ ਹੈ ਜੀ ਉਹਦਾ ਆਲਮ ਹੋਇਆ ਹੁੰਦਾ ਗੁਜਰਾਤ ਕੋਈ ਸਟਰੀਟ ਲਾਈਟ ਨਹੀਂ ਹੈ
ਹਾਂਜੀ ਸਾਰੇ ਸਾਰੇ ਤੁਹਾਡੇ ਜਿਹੜੇ ਹੈ ਸਾਡੇ ਚੌਕਾਂ 'ਚ ਉਹ ਸਾਰੇ ਵੀ ਸਾਰੇ ਬੰਦ ਹੋ ਗਏ ਨੇ, ਕੋਈ ਤਵੱਜੋ ਨਹੀਂ ਨਾ MNA ਦੀ ਨਾ MPA ਦੀ। ਅਤੇ ਇਸ ਵਾਸਤੇ ਮੈਂ ਚੌਧਰੀ ਪ੍ਰੇਮ ਲਾਲ ਸਾਹਿਬ ਅੱਗੇ ਅਪੀਲ ਕਰਨਾ ਵਾਂ, ਚੌਧਰੀ ਵਿਜਾਹ ਸਾਹਿਬ ਅੱਗੇ ਅਪੀਲ ਕਰਨਾ ਵਾਂ, ਕਿਉਂਕਿ ਸਾਡੇ ਉਹ ਸਮੇਂ ਦੇ ਭਾਈ ਨੇ ਜਾਂ ਅਸੀਂ ਉਹਨਾਂ ਦੇ ਬਰਾਬਰ ਦੇ ਹਾਂ। ਹਾਂਜੀ ਮੋਹਨ ਸਾਹਿਬ ਦੇ ਅਸੀਂ ਨਹੀਂ ਸਮੇਂ ਦੇ ਉਹ ਬੱਚੇ ਨੇ ਉਹਨਾਂ ਦੇ, ਚਲੋ ਅਸੀਂ ਉਹ ਉਹਨਾਂ 'ਚ ਆਕੜਾਂ ਆ ਗਈਆਂ ਨੇ ਅਤੇ ਅਸੀਂ ਨਹੀਂ ਸਮਝਦੇ ਕੋਈ ਬੱਚਿਆਂ 'ਚ ਆਕੜਾਂ ਆਉਣ ਅਤੇ ਅਸੀਂ ਉਹਨਾਂ ਨੂੰ ਉਹਨਾਂ ਦੀ ਖੁਸ਼ਾਮਦ ਕਰਦੇ ਫਿਰੀਏ। ਹਾਂ ਚੌਧਰੀ ਵਿਜਾਹ ਸਾਹਿਬ ਸਾਡੇ ਨਾਲ ਗੱਲ ਕਰਨ, ਚੌਧਰੀ ਪ੍ਰੇਮ ਲਾਲ ਸਾਹਿਬ ਗੱਲ ਕਰਨ, ਸਾਡੇ ਵਾਸਤੇ ਕੋਈ ਕਾਬਲੇ ਇਤਰਾਮ ਨੇ। ਗੁਜਰਾਤ ਦੇ ਬਹੁਤ ਸਾਰੇ ਮੋਦੀਨ ਸ਼ਹਿਰੀ ਜਿਹੜੇ ਬੜੇ ਪਾਵਰਫੁਲ ਸ਼ਹਿਰੀ ਨੇ, ਜਿਹੜੇ ਜਨਵਨ ਆਵਾਮ 'ਚ ਆਪਣੀ ਮਕਬੂਲੀਅਤ ਰੱਖਦੇ ਨੇ, ਆਵਾਮ ਦੀ ਖਿਦਮਤ ਕਰਦੇ ਨੇ, ਉਹ ਸ਼ਹਿਰੀਆਂ ਆ ਕੇ ਯਾਰ ਸ਼ਹਿਰੀ ਧਾਤ ਬਣਾਈਏ ਅਤੇ MNA ਦੀ ਸੀਟ 'ਤੇ ਵੀ ਇਲੈਕਸ਼ਨ ਸ਼ਹਿਰੀ ਧਾਤ ਲੜੇ ਔਰ MPA ਦੀ ਸੀਟ 'ਤੇ ਵੀ ਸ਼ਹਿਰੀ ਧਾਤ ਇਲੈਕਸ਼ਨ ਲੜੇ। ਮੈਂ ਇਸ ਪਾਸੇ ਨਹੀਂ ਸਪੋਰਟ ਕਰ ਰਿਹਾ, ਮੈਂ ਨਾ ਯਾਰ ਅਸੀਂ ਹਾਰ ਜਾਣਾ, ਅਸੀਂ ਮਤਲਬ ਫੱਡੇਬਾਜ਼ੀ ਬਣਾਉਣੀ ਹੈ, ਠੀਕ ਹੈ ਜੀ। ਮੈਂ ਸੱਚੀ ਗੱਲ ਆਵਾਮ ਦੇ ਸਾਹਮਣੇ, ਕਿਉਂਕਿ ਮੈਂ ਜਿਹੜੀ ਵੀ ਗੱਲ ਕਰਨਾ ਵਾਂ ਆਵਾਮ ਦੇ ਵਿੱਚ ਗੱਲ ਕਰ ਰਿਹਾ ਹੁੰਦਾ ਵਾਂ। ਬਹੁਤ ਸਾਰੇ ਦੋਸਤਾਂ ਨੂੰ ਆਖਿਆ ਇੱਕ ਮਜ਼ਬੂਤ ਸ਼ਹਿਰੀ ਧਾਰ ਬਣਾਈਏ, ਇਹ ਪਾਰਟੀਆਂ ਫਾਰਗ ਹੋ ਜਾਣਗੀਆਂ। ਇਹ ਜਿਸਲੇ ਮਜ਼ਬੂਤ ਆਜ਼ਾਦ ਪੈਨਲ ਕੋਲ ਆ ਗਿਆ ਨਾ MNA MPA, ਮਤਲਬ MNA ਦੀ ਸੀਟ 'ਤੇ ਵੀ ਅਤੇ ਦੋਵੇਂ MPA ਦੀ ਸੀਟਾਂ ਜਿਹੜੀ ਗੁਜਰਾਤ ਤਹਿਸੀਲ ਦੀਆਂ ਨੇ, ਹੈ ਜੀ, ਅਤੇ ਉਸ ਤੋਂ ਚੰਗਾ ਭਲਾ ਪਤਾ ਲੱਗੇਗਾ ਕਿ ਬਈ ਕੋਈ ਸ਼ਹਿਰੀ ਧਾਰ ਦਾ ਇਲੈਕਸ਼ਨ ਲੜਦਾ। ਪੂਰੇ ਪੰਜਾਬ ਨੂੰ, ਪੂਰੇ ਪਾਕਿਸਤਾਨ ਨੂੰ ਮੈਸੇਜ ਆਏਗਾ ਔਰ ਬੜਾ ਮਜ਼ਬੂਤ ਮੈਸੇਜ ਆਏਗਾ, ਔਰ ਕਮਜ਼ੋਰ ਅਸੀਂ ਧਾਰ ਨਹੀਂ ਬਣਾਵਾਂਗੇ। ਉਹਦੇ ਵਿੱਚ ਬਹੁਤ ਸਾਰੇ ਸ਼ਹਿਰੀ ਮੁਲਾਵਤ ਹੋਣਾ ਚਾਹੁੰਦੇ ਨੇ, ਠੀਕ ਹੈ ਜੀ। ਮੈਨੂੰ ਆਪਣੇ ਆਪ ਦਾ ਕੋਈ ਲਾਲਚ ਨਹੀਂ ਕਿ ਮੈਂ MNA MPA ਬਣਾ, ਮੈਨੂੰ ਅੱਲਾਹ ਤਾਲਾ ਉਹਦੀ ਬੜੀ ਇੱਜ਼ਤ ਦੇ ਰਿਹਾ। ਮੈਂ ਆਵਾਮ ਦੇ ਹਕੂਕ ਦੀ ਗੱਲ ਕਰਨਾ ਪਸੰਦ ਕਰਾਂਗਾ, ਮੈਨੂੰ MNA MPA ਬਣਨਾ ਮੈਂ ਨਹੀਂ ਪਸੰਦ ਕਰਾਂਗਾ। ਮੈਂ ਹੋਰ ਕੁਛ ਅੱਛੇ ਸ਼ਹਿਰੀ ਸਾਡੇ ਬਹੁਤ ਅੱਛੇ ਨੇ, ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆ ਸਕਦੇ ਹਾਂ, ਠੀਕ ਹੈ ਜੀ। ਲੇਕਿਨ ਤੁਸੀਂ ਫਾਰਗ ਹੋ ਜਾਓ, ਜੋੜਾ ਸਾਹਿਬ ਅਤੇ ਮੋਹਨ ਸਲਾਈ ਸਾਹਿਬ, ਮੈਂ ਤੁਹਾਨੂੰ ਇਹ ਮੈਸੇਜ ਦੇ ਰਿਹਾ, ਤੁਸੀਂ ਫਾਰਗ ਹੋ ਜਾਓ। ਮੇਰੇ ਕੋਈ ਗੱਲ ਦੇਖ ਲਓ, ਮੈਂ ਕੋਈ ਮਜਾਇਜ਼ ਟਾਈਪ ਬੰਦਾ ਵਾਂ? ਇੱਕ ਮਜਾਇਜ਼ ਜਿਹੜਾ ਨਾ ਉਹ 100 ਮੁਨਾਫਕਾਂ ਨੂੰ ਭਾਰਾ ਹੁੰਦਾ, ਹੈ ਜੀ। ਅਤੇ ਜਿਸਲੇ ਸਾਡੇ ਮਜਾਇਜ਼ 50-100 ਚੱਲ ਪਏ ਨਾ ਗੁਜਰਾਤ ਸ਼ਹਿਰ 'ਚ, ਅਤੇ ਤੁਸੀਂ 5-10 ਪਾਰਟੀਆਂ ਦਾ ਧਾਤ ਕਰ ਲਓ, ਤੁਸੀਂ ਫਾਰਗ ਹੋ। ਇਹ ਕੁੱਤੇ ਚੂਹਿਆਂ ਕੋ ਸ਼ਹਿਰ ਦੇ ਵਿੱਚ, ਕੁੱਤੇ ਦੇ ਚੂਹੇ ਐਡੇ ਐਡੇ ਵੱਡੇ, ਬਿੱਲੀ ਨਾਲ ਵੱਡੇ ਚੂਹੇ ਵੀ ਫਿਰਦੇ ਨੇ ਸ਼ਹਿਰ 'ਚ, ਅਤੇ ਕੁੱਤੇ ਦੀ ਵਿਛਾੜ ਆਈ ਹੈ, ਲੋਕ ਪਰੇਸ਼ਾਨ ਨੇ ਸ਼ਹਿਰੀ ਗੁਜਰਾਤ ਦੇ, ਗੁਜਰਾਤ ਸ਼ਹਿਰੀਆਂ ਦਾ ਬੁਰਾ ਸ਼ਹਿਰ ਹੈ। ਮੈਂ ਉਹ ਗੁਜਰਾਤ ਸ਼ਹਿਰੀਆਂ ਵਾਸਤੇ ਜਿਸਲੇ ਬਾਹਰ ਨਿਕਲਿਆ ਅਤੇ ਇਨਸ਼ਾਅੱਲਾ ਤਾਲਾ ਸ਼ਹਿਰੀ ਵੀ ਮੇਰੇ ਨਾਲ ਬਾਹਰ ਨਿਕਲਣ ਦੇ, ਲੇਕਿਨ ਮੈਂ ਕਿਸੇ ਕਿਸਮ ਦੀ ਇੰਤਸ਼ਾਰ ਜਾਂ ਬਲੈਕਮੇਲ ਨਹੀਂ ਕਰਨਾ ਚਾਹੁੰਦਾ। ਨਾ ਮੇਰੀ ਜ਼ਿੰਦਗੀ ਦਾ ਸਕੂਲ ਹੈ, ਨਾ ਮੇਰੀ ਫੈਮਿਲੀ ਬੈਕਗਰਾਊਂਡ ਹੈ ਇਸ ਤਰ੍ਹਾਂ ਦੀ ਕਿ ਮੈਂ ਕਿਸੇ ਨੂੰ ਬਲੈਕਮੇਲ ਕਰਾਂ। ਮੈਂ ਮੈਸੇਜ ਦੇ ਰਿਹਾ ਚੋਈ ਵਿਜਾਹ ਸਾਹਿਬ, ਚੋਈ ਪ੍ਰਯੋਗ ਲਈ ਸਭ ਤੁਹਾਨੂੰ, ਤੁਸੀਂ ਮਿਹਰਬਾਨੀ ਕਰੋ, ਆਪਣੇ ਅੱਛੇ ਸ਼ਹਿਰੀਆਂ ਨੂੰ ਦੇ ਨੋਟੀਫਿਕ ਕਰਾਓ, ਉਹ ਸ਼ਹਿਰੀ ਜਿਹੜੇ ਨੇ ਇੰਤਜ਼ਾਮੀਆਂ ਉੱਤੇ ਐਡ ਪਾਓ, ਜਿਹੜੇ ਸ਼ਹਿਰ ਦੇ ਉੱਤੇ ਸ਼ਹਿਰ ਦੀ ਬਿਹਤਰੀ ਕਰਨ, ਠੀਕ ਹੈ ਜੀ, ਉਹਨਾਂ ਕੋਲ ਅਖਤਿਆਰਾਂ ਤੋਂ, ਅਤੇ ਮੈਂ ਵੇਖਣਾ ਸ਼ਹਿਰ ਕਿਸਾ ਸਹੀ ਨਹੀਂ ਹੁੰਦਾ। ਤੁਹਾਡੀ ਮਿਹਰਬਾਨੀ ਹੈ ਜੀ, ਮੇਰੇ ਮੈਸੇਜ ਨੂੰ ਤੁਸੀਂ ਆਮ ਨਾ ਸਮਝੀਓ ਕਿ ਮੈਂ ਮੈਸੇਜ ਅਗਰ ਤੁਹਾਨੂੰ ਦੇ ਰਿਹਾ ਵਾਂ, ਤੂੰ ਤੁਹਾਡੀ ਇੱਜ਼ਤ ਹੈ, ਤੁਹਾਡਾ ਇਤਰਾਮ ਹੈ, ਤੁਹਾਡੀ ਆਨਰ ਹੈ, ਅਤੇ ਇਹ ਮੈਂ ਕਹਿ ਰਿਹਾ ਵਾਂ। ਮੈਂ ਗੱਲ ਕਰਨਾ ਚਾਹੀਏ ਪ੍ਰਯੋਗ ਲਈ ਸਾਡੀ ਚੋ ਵਿਜਾਹ ਸਾਹਿਬ ਦੀ, ਉਹ ਇੰਟਰਸਟ ਲੈਣ ਸ਼ਹਿਰ ਦੇ ਵਾਸਤੇ ਅੱਗੇ ਆਉਣ, ਅਤੇ ਫਿਰ ਸ਼ਹਿਰ ਦੀ ਬਿਹਤਰੀ ਹੋਵੇ ਗੁਜਰਾਤ ਸ਼ਹਿਰ ਦੀ, ਹੈ ਜੀ। ਮੈਸੇਜ ਸ਼ਹਿਰੀਆਂ ਅੱਗੇ ਵੀ ਕਿ ਸ਼ਹਿਰੀ ਵੀ ਕੰਨ ਖਿਲਵਾਉਣ। ਮੈਂ ਜਿਹੜਾ ਬੋਲ ਰਿਹਾ ਵਾਂ, ਮੈਂ ਸ਼ਹਿਰੀਆਂ ਦੇ ਹਕੂਕ ਵਾਸਤੇ ਬੋਲ ਰਿਹਾ ਵਾਂ, ਔਰ ਸ਼ਹਿਰੀਆਂ ਦੇ ਹਕੂਕ ਵਾਸਤੇ ਮੇਰੀ ਗੱਲ ਹੁੰਦੀ ਹੈ ਹਮੇਸ਼ਾ, ਹੈ ਜੀ। ਪਾਕ ਫੌਜ ਜ਼ਿੰਦਾਬਾਦ, ਪਾਕਿਸਤਾਨ ਪੁੱਜਦਾਬਾਦ। आपको ये वीडियो पसंद आए तो हमारा सप्तक चैनल सब्सक्राइब करें, वीडियो को लाइक और शेयर करते हुए कमेंट्स में अपनी राय जरूर दें।